ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਚੌਪਈ ਸਾਹਿਬ 'ਤੇ ਵਿਚਾਰ ਕਰਾਂਗੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰੀ ਆ। ਸੋ ਜਿਵੇਂ ਚੌਪਈ ਸਾਹਿਬ ਦੇ ਵਿੱਚ ਆਉਂਦਾ, ਹਮਰੀ ਕਰੋ ਹਾਥ ਦੇ ਰੱਛਾ, ਕੀ ਇੱਦਾਂ ਦੀ ਕੋਈ ਪੰਕਤੀ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦੀ ਆ? ਹਾਂਜੀ ਬਿਲਕੁਲ, ਜੇ ਅਸੀਂ 619 ਅੰਗ ਦੇ ਉੱਤੇ ਪੜ੍ਹੀਏ, 68 ਮਹੱਲਾ 5, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹਾਥ ਦੇ ਰੱਖੇ ਆਪਣੇ ਕੋ ਸਰਾ ਸਦਾ ਰੰਗ ਮਾਣ, ਵੀ ਆਪਣਾ ਹੱਥ ਦੇ ਕੇ ਮਹਾਰਾਜ ਮੈਨੂੰ ਰੱਖ ਲਓ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਮੇਰੇ ਚਿੱਤ ਦੀ ਇੱਛਾ ਵੀ ਪੂਰਨ ਹੋਵੇ। ਅਤੇ ਮਹਾਰਾਜ ਇੱਥੇ ਗੁਰੂ ਗ੍ਰੰਥ ਸਾਹਿਬ 'ਚ ਕਹਿ ਰਹੇ ਸਦਾ ਸਦਾ ਰੰਗ ਮਾਣ। ਫਿਰ ਮਹਾਰਾਜ ਕਹਿੰਦੇ ਤਵ ਚਰਨਾਂ ਮਨ ਰਹਿ ਹਮਾਰਾ, ਅਤੇ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ 534 ਅੰਗ ਦੇ ਉੱਤੇ ਕਹਿੰਦੇ ਆ, ਮਨ ਪ੍ਰੀਤ ਚਰਨ ਕਮਲਾਰੇ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਵੇ ਤੁਮ ਘਾਵੋ। ਅਤੇ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 201 ਅੰਗ ਦੇ ਉੱਤੇ ਕਹਿੰਦੇ ਆ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਭਾਵ ਇਹ ਵੀ ਕੰਮ ਮਹਾਰਾਜ ਕਰਦਾ ਆ ਕਿ ਜਿਹੜੇ ਦੁਸ਼ਟ ਦੁਖੀ ਆ ਉਹਨਾਂ ਨੂੰ ਪਰਮੇਸ਼ਰ ਮਾਰਦਾ ਆ, ਆਪ ਹੱਥ ਦੇ ਮੋਹੇ ਬਚਾਵੋ। ਉੱਧਰ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਕਹਿੰਦੇ, ਜਨ ਕੀ ਪੈਜ ਰੱਖੀ ਕਰਤਾਰੇ, ਭਾਵ ਮਹਾਰਾਜ ਨੇ ਰੱਖ ਲਿਆ ਮੈਨੂੰ। ਫਿਰ ਆਪਾਂ ਰਹਿਰਾ ਸਾਹਿਬ ਦੇ ਵਿੱਚ ਵੀ ਰੋਜ਼ ਹੀ ਪੜ੍ਹਦੇ ਹਾਂ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਨ, ਅਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੇ, ਜੇ ਉਸ ਪਰਮੇਸ਼ਰ ਦੀ ਟੇਕ ਮਨ ਦੇ ਵਿੱਚ ਰੱਖੀਏ ਤਾਂ ਸਾਕਤ ਨਿੰਦਕ ਦੁਸ਼ਟ ਇਹਨਾਂ ਨੂੰ ਮਹਾਰਾਜ ਮਾਰ ਦਿੰਦਾ ਆ, ਬਿਦਾਰ ਦਿੰਦਾ ਹੈ, ਕੰਮ ਗੁਰੂ ਸਾਹਿਬ ਜੀ ਕਰਦੇ ਆ। ਫਿਰ ਅੱਗੇ ਮਹਾਰਾਜ ਸਾਹਿਬ ਕਹਿੰਦੇ, ਸੁਖੀ ਵਸਿਆ ਮਰੋ ਪਰਿਵਾਰਾ, ਕੀ ਇੱਦਾਂ ਦੀ ਕੋਈ ਪੰਕਤੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ? 394 ਅੰਗ 'ਤੇ ਜੇ ਅਸੀਂ ਪੜ੍ਹੀਏ ਤਾਂ ਮਹਾਰਾਜ ਕਹਿੰਦੇ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਜੇ ਪਰਮੇਸ਼ਰ ਦਾ ਨਾਮ ਜਪੀਏ ਅਤੇ ਸੰਗੀ ਭਾਵ ਜਿਹੜੇ ਰਿਸ਼ਤੇਦਾਰ ਕਹਿ ਲਈਏ, ਜਾਂ ਆਪਾਂ ਕਹਿ ਲਈਏ ਵੀ ਸੰਗੀ ਜਿਹੜੇ ਸਾਡੀ ਸੰਗਤ ਕਰਨ ਵਾਲੇ ਵੀ ਆ, ਸਾਥੀ ਜਿਹੜੇ ਸਾਥੀ ਸੱਜਣ ਮਿਸਤਰ ਆ, ਸਾਡੇ ਮਾਂ ਪਿਓ ਹੋਰ ਇਤਿਹਾਦਕ ਸਾਰੇ ਤਰਾਈ, ਭਾਵ ਸੁਖੀ ਵਸੈ ਮੋਰੋ ਪਰਿਵਾਰਾ, ਉਹ ਪਰਿਵਾਰ ਨੂੰ ਸਾਰੇ ਨੂੰ ਸੁੱਖ ਹੋਵੇ। ਫਿਰ ਜਿਵੇਂ ਅੱਗੇ ਚੌਪਈ ਸਾਹਿਬ ਦੇ ਵਿੱਚ ਆਉਂਦਾ, ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ਿਵਜੀ ਦਾ ਅਵਤਾਰਾ, ਕਾਲ ਪਾਏ ਕਿਰਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਭਾਵੇ ਤਿੰਨੇ ਹੀ ਕਾਲ ਦੇ ਅਧੀਨ ਆ ਅਤੇ ਸਾਰਾ ਇਹ ਤਮਾਸ਼ਾ ਜਿਹੜਾ ਆ ਕਾਲ ਦਾ ਕੀਤਾ ਹੋਇਆ, ਸ਼ਿਵਜੀ ਵੀ ਕਾਲ ਦੇ ਅਧੀਨ ਆ, ਬ੍ਰਹਮਾ ਵੀ ਵਿਸ਼ਨੂੰ ਵੀ। ਦੁਬਾਰੇ ਫਿਰ ਕਹਿ ਦੇਵਾਂ, ਸ਼ਿਵਜੀ ਜਿਹਨੂੰ ਇਹ ਹਿੰਦੂ ਮਹਾਂਕਾਲ ਵੀ ਕਹਿੰਦੇ ਆ, ਪਰ ਉਹ ਜੋ ਚੌਪਈ ਸਾਹਿਬ ਦੇ ਵਿੱਚ ਮਹਾਂਕਾਲ ਵਰਤਿਆ ਉਹ ਇਹਨੂੰ ਨਹੀਂ ਕਿਹਾ, ਕਿਉਂਕਿ ਇਹ ਤਾਂ ਕਾਲ ਦੇ ਅਧੀਨ ਆ, ਜਿਹੜਾ ਕਾਲ ਦੇ ਅਧੀਨ ਆ ਉਹ ਮਹਾਂਕਾਲ ਕਿੱਦਾਂ ਹੋ ਗਿਆ? ਹਾਂਜੀ, ਸੋ ਇਹਦੇ ਬਾਰੇ ਨਹੀਂ ਗੁਰੂ ਸਾਹਿਬ ਜੀ ਨੇ ਕਿਹਾ। ਅਤੇ ਇੱਦਾਂ ਦੇ ਕੋਈ ਪੰਕਤੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦੀਆਂ ਕਈ, 214 ਅੰਗ 'ਤੇ, ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾ ਹੈ, ਨਾ ਸ਼ਿਵਪੁਰੀ ਨਾ ਬ੍ਰਹਮਪੁਰੀ ਅਤੇ ਨਾ ਇੰਦਰਪੁਰੀ, ਇਹਨਾਂ ਦੇ ਵਿੱਚੋਂ ਕੋਈ ਵੀ ਨਿਹਚਲ ਥਾਂ ਨਹੀਂ, ਇਹਨਾਂ ਨੇ ਤਾਂ ਕੀ ਰਹਿਣਾ, ਇਹਨਾਂ ਦੇ ਥਾਵਾਂ ਨੇ ਵੀ ਨਹੀਂ ਰਹਿਣਾ, ਉਹ ਵੀ ਸਾਰੇ ਸਮਾਪਤ ਹੋ ਜਾਣੇ ਆ। ਫਿਰ ਅੱਗੇ 237 ਅੰਗ 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ, ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿੰਸ ਬਿਤਾਲਾ, ਭਾਵ ਬ੍ਰਹਮਪੁਰੀ ਵੀ ਸ਼ਿਵਪੁਰੀ ਵੀ ਇਹ ਜਿੰਨਾ ਵੀ ਕੁਝ ਆ ਇਹ ਸਾਰਾ ਕੁਝ ਜਿਹੜਾ ਆ ਕੁਝ ਵੀ ਨਿਹਚਲ ਰਹਿਣ ਵਾਲਾ ਨਹੀਂ, ਇਹ ਸਾਰਾ ਕੁਝ ਸਮਾਪਤ ਹੋ ਜਾਣਾ। ਇਹ ਕੁਝ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਵੀ ਕਹਿੰਦੇ ਆ, ਉਹੀ ਗੱਲ ਮਹਾਰਾਜ ਸਾਹਿਬ ਇੱਥੇ ਕਹਿ ਰਹੇ ਆ, ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸ਼ਿਵਜੂ ਅਵਧਰਾ, ਕਾਲ ਪਾਏ ਗੁਰਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ। ਅਤੇ ਅੱਗੇ ਜਾ ਕੇ ਜੋ ਕਿ ਮਸ਼ੀਨਰੀ ਆ ਜਾਂ ਜਿਵੇਂ ਸ਼੍ਰੋਮਣੀ ਕਮੇਟੀ ਵਾਲੇ ਆ, ਇਹਨਾਂ ਨੇ ਚੌਪਈ ਸਾਹਿਬ ਕੱਟ ਦਿੱਤੀ ਸੀ, ਕਿਰਪਾ ਕਰੀ ਹਮ ਪਰ ਜਗ ਮਾਤਾ ਤੋਂ, ਵੀ ਇਹ ਤਾਂ ਜਗਤ ਮਾਤਾ ਨੂੰ ਲਿਖਿਆ ਜੀ, ਜਿਵੇਂ ਮੈਂ ਅੱਗੇ ਦੱਸਿਆ ਵੀ ਸ਼ਿਵਜੀ ਉਹ ਨਹੀਂ, ਇਹ ਜਗਤ ਮਾਤਾ ਵੀ ਉਹ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ 'ਚ ਵੇਖੀਏ ਵੀ ਜਗਤ ਮਾਤਾ ਕੌਣ ਆ, ਅਤੇ ਮਹਾਰਾਜ ਸਾਹਿਬ 103 ਅੰਗ 'ਤੇ ਕਹਿੰਦੇ ਆ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, 167 ਅੰਗ 'ਤੇ ਕਹਿੰਦੇ ਆ, ਤੂੰ ਗੁਰ ਪਿਤਾ ਤੂੰ ਹੈ ਗੁਰੂ ਮਾਤਾ, ਤੂੰ ਮੇਰਾ ਤੂੰ ਗੁਰਬੰਧਵ ਮੇਰਾ ਸਖਾ ਸਿਖਾਏ। ਅਤੇ ਫਿਰ ਅੱਗੇ 250 ਅੰਗ ਦੇ ਉੱਤੇ ਮਹਾਰਾਜ ਸਾਹਿਬ ਕਹਿੰਦੇ ਆ, ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ ਆ। ਅਤੇ ਉਦੋਂ ਅੱਗੇ ਮਹਾਰਾਜ ਸਾਹਿਬ 626 ਅੰਗ 'ਤੇ ਕਹਿੰਦੇ ਆ, ਮੇਰਾ ਮਾਤ ਪਿਤਾ ਹਰ ਰਾਇਆ, ਮਾਂ ਵੀ ਅਤੇ ਪਿਓ ਵੀ। ਫਿਰ ਅੱਗੇ ਮਹਾਰਾਜ ਸਾਹਿਬ 1101 ਅੰਗ 'ਤੇ ਕਹਿੰਦੇ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ। ਅਤੇ ਇਸੇ ਨੂੰ ਹੀ ਗੁਰੂ ਸਾਹਿਬ ਜੀ ਨੇ ਕਿਹਾ ਆ, ਕਿਰਪਾ ਕਰੀ ਹੰਬਰ ਜਗ ਮਾਤਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਂ ਕਿਹਾ, ਉਸੇ ਨੂੰ ਉਸੇ ਪਰਮੇਸ਼ੁਰ ਨੂੰ ਹੀ ਜਗਤ ਮਾਤਾ ਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਆ ਵੀ ਮੇਰੇ 'ਤੇ ਕਿਰਪਾ ਕਰ। ਅਤੇ ਜਾਪ ਸਾਹਿਬ ਦੇ ਵਿੱਚ ਆਪਾਂ ਹਮੇਸ਼ਾ ਹੀ ਪੜ੍ਹਦੇ ਹਾਂ, ਨਮੋ ਲੋਕ ਮਾਤਾ
ਤੇ ਨਮੋ ਲੋਕ ਮਾਤਾ ਦਾ ਮਤਲਬ ਵੀ ਤੇ ਇਹੋ ਹੀ ਆ ਜਗਤ ਮਾਤਾ। ਜੇ ਸਾਨੂੰ ਜਾਪ ਸਾਹਿਬ 'ਚ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਇਹ ਚੀਜ਼ਾਂ ਪੜ੍ਹਦੇ ਹਾਂ, ਨਹੀਂ ਕੋਈ ਤਕਲੀਫ ਹੁੰਦੀ। ਫਿਰ ਸਾਨੂੰ ਚੌਪਈ ਸਾਹਿਬ 'ਚ ਪੜ੍ਹਨ ਲੱਗਿਆਂ ਕਿਉਂ ਤਕਲੀਫ ਹੋਈ? ਕਿਉਂ ਇਹ ਬਾਣੀ ਨੂੰ ਕੱਟ ਕੇ ਅਧੂਰਾ ਕੀਤਾ ਗਿਆ। ਹਾਂਜੀ, ਫਿਰ ਅੱਗੇ ਮਹਾਰਾਜ ਸਾਹਿਬ ਕਹਿੰਦੇ, ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਨੂੰ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭੈ ਦਿਆਲਾ। ਅਸਤੁਜ ਤੋਂ ਵੀ ਇਹਨਾਂ ਨੂੰ ਤਕਲੀਫ ਹੋਈ ਆ, ਹੈ ਨਾ। ਸੋ ਇਹਨਾਂ ਚੀਜ਼ਾਂ ਕਰਕੇ ਇਹਨਾਂ ਨੇ ਚੌਪਈ ਸਾਹਿਬ ਦੀ ਬਾਣੀ ਕੱਟ ਕੇ ਅਧੂਰੀ ਕੀਤੀ ਸੀ। ਜਾਂ ਸਿੱਧਾ ਹੀ ਕਹਿ ਲਈਏ, ਸ਼ਿਵਜੀ ਕਹਿ ਲਈਏ, ਮਹਾਂਕਾਲ ਤੋਂ ਜਿਵੇਂ ਰਹਿਰਾਸ ਦੇ ਵਿੱਚੋਂ ਵੀ ਇਹਨਾਂ ਨੇ ਚੌਪਈ ਸਾਹਿਬ ਕੱਟੀ, ਕਿਉਂਕਿ ਉੱਥੇ ਮਹਾਂਕਾਲ ਦਾ ਜ਼ਿਕਰ ਆਉਂਦਾ। ਇਹਨਾਂ ਚੀਜ਼ਾਂ ਤੋਂ ਇਹਨਾਂ ਨੂੰ ਤਕਲੀਫ ਹੋਈ ਵੀ ਇਹ ਤਾਂ ਸ਼ਿਵਜੀ ਨੂੰ ਸ਼ਾਇਦ ਕਹਿ ਰਹੇ ਆ, ਇਹ ਤਾਂ ਬਾਹਮਣਾਂ ਦੀ ਬਾਣੀ ਆ। ਆਓ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖੀਏ ਵੀ ਕੀ ਇੱਦਾਂ ਦਾ ਕੁਝ ਲਿਖਿਆ। ਅਤੇ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪ੍ਰਭਾਤੀ ਮਹੱਲਾ ਪਹਿਲਾ 1328 ਅੰਕ ਦੇ ਉੱਤੇ ਵੇਖੀਏ, ਅਤੇ ਉੱਥੇ ਮਹਾਰਾਜ ਸਾਹਿਬ ਕਹਿੰਦੇ ਆ, ਸ਼ਿਵ ਜੋਤ ਕੰਨਿਓ ਬੁੱਧ ਪਾਈ ਸਤਿਗੁਰੂ ਰਖਵਾਲਾ। ਇੱਥੇ ਹੁਣ ਮਹਾਰਾਜ ਨੇ ਸਿੱਧਾ ਸ਼ਿਵ ਸ਼ਬਦ ਹੀ ਵਰਤਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੁਣ ਇਹ ਸ਼ਿਵ ਦੇ ਅਰਥ ਅਸੀਂ ਉਹ ਕਰਾਂਗੇ, ਉਹ ਸ਼ਿਵ ਜੀ ਬਾਰੇ ਕਰਾਂਗੇ। ਗੁਰੂ ਨਾਨਕ ਦੇਵ ਜੀ ਵੀ ਕਹਿ ਰਹੇ ਆ ਉਸ ਸ਼ਿਵ ਬਾਰੇ ਇੱਥੇ, ਪਰ ਗੁਰੂ ਨਾਨਕ ਦੇਵ ਜੀ ਦੇ ਕਹਿਣ ਦਾ ਮਤਲਬ ਉਹ ਸ਼ਿਵ ਤੋਂ ਨਹੀਂ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਸਵੇਂ ਪਾਤਸ਼ਾਹ ਦਾ ਕਹਿਣ ਦਾ ਮਤਲਬ ਉਹ ਸ਼ਿਵ ਤੋਂ ਨਹੀਂ। ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ 1056 ਅੰਕ ਦੇ ਉੱਤੇ ਕਹਿੰਦੇ ਆ, ਸ਼ਿਵ ਸ਼ਕਤੀ ਦੇਹੀ ਮਹਿ ਪਾਏ। ਕੀ ਹੁਣ ਉਹ ਸ਼ਿਵਜੀ ਦੀ ਸ਼ਕਤੀ ਇਸ ਦੇਹੀ 'ਚ ਪਾਈ ਹੈ? ਨਹੀਂ ਪਿਆਰੇ, ਉਹ ਇੱਥੇ ਵੀ ਉਹ ਸ਼ਿਵਜੀ ਤੋਂ ਮਤਲਬ ਨਹੀਂ। ਅਤੇ ਅੱਗੇ ਮਹਾਰਾਜ ਸਾਹਿਬ 1136 ਅੰਕ 'ਤੇ ਕਹਿੰਦੇ ਆ, ਪੰਜਵੇਂ ਪਾਤਸ਼ਾਹ ਵੀ ਇਹ ਸ਼ਬਦ ਵਰਤਦੇ ਆ, ਪਾਂਚ ਮਿਰਗ ਵਿਹਦੇ ਸ਼ਿਵ ਕੀ ਬਾਣੀ, ਭਾਵ ਜਿਹੜੇ ਪੰਜ ਵਿਕਾਰ ਆ ਸ਼ਿਵ ਭਾਵ ਉਹਦੀ ਬਾਣੀ ਦੀ ਸ਼ਕਤੀ ਨਾਲ ਵਿਹਨ ਲਿਆ। ਕੀ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਉਹ ਸ਼ਿਵ ਨੂੰ ਕਹਿ ਰਹੇ? ਨਹੀਂ, ਕਦੇ ਵੀ ਨਹੀਂ। ਸੋ ਇੱਦਾਂ ਜਿਵੇਂ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਤੋਂ ਉਹ ਸ਼ਿਵ ਦਾ ਮਤਲਬ ਨਹੀਂ, ਇੱਥੋਂ ਭਾਵ ਸ਼ਕਤੀ ਤੋਂ ਮਤਲਬ ਆ। ਇੱਦਾਂ ਹੀ ਦਸਮ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅਸ਼ਤੁਜ ਸ਼ਬਦ ਵਰਤਣਾ ਜਾਂ ਮਹਾਂਕਾਲ ਸ਼ਬਦ ਵਰਤਣਾ, ਉਹਦੇ ਅਰਥ ਇਹ ਨਹੀਂ ਗੇ ਵੀ ਉਹ ਸ਼ਿਵ ਜੀ ਆ। ਮਹਾਂਕਾਲ ਜਿਵੇਂ ਮੈਂ ਦੱਸਿਆ ਵੀ ਉਹ ਤਾਂ ਕਾਲ ਦੇ ਅਧੀਨ ਆ, ਉਹ ਮਹਾਂਕਾਲ ਕਿਵੇਂ ਹੋ ਗਿਆ? ਉਹਨੂੰ ਮਾਰਨ ਵਾਲਾ ਜਿਹੜਾ ਪਰਮੇਸ਼ਰ ਆ ਉਹ ਅਸਲੀ ਮਹਾਂਕਾਲ ਆ, ਜਿਹੜਾ ਸਾਰਿਆਂ ਨੂੰ ਹੀ ਮਾਰ ਦਿੰਦਾ ਆ। ਸੋ ਕਈਆਂ ਨੂੰ ਮਸ਼ਿੰਦਰੀਆਂ ਨੂੰ ਜਿਹੜਾ ਸ਼ਬਦ ਆ ਦਸਮ ਦੇ ਵਿੱਚ, ਦੇਹ ਸ਼ਿਵਾ ਬ੍ਰਹਮੋਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਭਾਵ ਇਸ ਤੋਂ ਵੀ ਤਕਲੀਫ ਹੁੰਦੀ ਆ। ਸੋ ਜੇ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਸ਼ਿਵ ਸ਼ਬਦ ਪੜ੍ਹਨ ਲੱਗਿਆਂ ਨਹੀਂ ਕੋਈ ਤਕਲੀਫ ਹੁੰਦੀ, ਅਤੇ ਦਸਮ 'ਚ ਇੱਦਾਂ ਦੇ ਸ਼ਬਦ ਪੜ੍ਹਨ ਲੱਗਿਆਂ ਸਾਨੂੰ ਕਿਉਂ, ਕਿੰਤੂ, ਪਰੰਤੂ ਕਿਉਂ ਤਕਲੀਫ ਹੁੰਦੀ ਆ? ਸੋ ਗੱਲ ਸਿਰਫ ਇੰਨੀ ਗਿਆ ਮੈਂ ਤਾਂ ਜੋ ਇਹ ਰਿਸਰਚ ਕੀਤੀ ਆ ਇਹਦੇ ਤੋਂ ਮੈਨੂੰ ਇਹ ਲੱਗਿਆ ਵੀ ਜਿਹੜੇ ਮਸ਼ੀਨਰੀ ਵਗੈਰਾ ਜਾਂ ਇੱਦਾਂ ਦੇ ਜਿਹੜੇ ਪ੍ਰਚਾਰ ਕਰਦੇ ਆ ਇਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਪੜ੍ਹਿਆ, ਕਿਉਂਕਿ ਇਹ ਸ਼ਬਦ ਮੇਰਾ ਖਿਆਲ ਇਹਨਾਂ ਨੂੰ ਕਦੀ ਗੁਰੂ ਗ੍ਰੰਥ ਸਾਹਿਬ 'ਚ ਦਿਖੇ ਹੀ ਨਹੀਂ। ਅਤੇ ਜੇ ਇਹਨਾਂ ਨੂੰ ਦਿਖੇ ਹੁੰਦੇ ਇੱਦਾਂ ਦੇ ਸ਼ਬਦ ਜਿਹਦੇ ਮਹਾਰਾਜ ਸਾਹਿਬ ਨੇ ਸ਼ੇਵਾ ਅੱਖਰ ਵਰਤਿਆ ਆ, ਅਤੇ ਹੋ ਸਕਦਾ ਇਹਨਾਂ ਨੂੰ ਦਸਮ 'ਤੇ ਕਦੀ ਕਿੰਤੂ ਨਾ ਹੁੰਦਾ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਕਿਹੜਾ ਗ੍ਰੰਥ ਉੱਥੇ ਪੜ੍ਹਦੇ ਆ ਜਾਂ ਕਿੱਦਾਂ ਦੀ ਇਹਨਾਂ ਨੂੰ ਪੜ੍ਹਾਈ ਜਾਂਦੀ, ਕੀ ਇਹਨਾਂ ਦਾ ਕੋਈ ਗੁਰੂ ਗ੍ਰੰਥ ਸਾਹਿਬ ਵੱਖਰਾ ਆ? ਫਿਰ ਅੱਗੇ ਜਿਹੜੀ ਜ਼ਿਆਦਾ ਵੱਡੀ ਤਕਲੀਫ ਜਾਂ ਪ੍ਰੋਬਲਮ ਇਹਨਾਂ ਨੂੰ ਪਈ ਸੀ ਉਹ ਇਸ ਗੱਲ ਤੋਂ ਪਈ ਸੀ ਜਿਹੜਾ ਮਹਾਰਾਜ ਸਾਹਿਬ ਨੇ ਕਿਹਾ, ਚੌਪਈ ਸੰਬਤ 1700 ਪਣੀਜਾ ਅਰਧ ਸਹਿਸ ਫੁਨਤੀਨ ਕਹੀਜਾ ਭਾਦਰਵ ਸੁਦੀ ਅਸ਼ਟਮੀ ਰਾ ਵਾਰਾ, ਭਾਵ ਸੰਮਤ 1700 ਪਣੀਜਾ 1700 ਸੰਮਤ ਸੀ ਅਤੇ ਹੁਣ 100 ਨੂੰ ਭੰਨ ਲਓ, ਭੰਨਣਾ ਕਿੱਦਾਂ? ਅਰਧ ਸਹਿਸ 100 ਦਾ ਅੱਧ ਕਰ ਲਓ 50, 1750 ਹੋ ਗਿਆ, ਫੁਨਤੀਨ ਕਹੀਜਾ ਹੁਣ 3 ਕਹਿ ਲਓ, ਸੋ 1753 ਬਣ ਗਿਆ। ਇਹਨਾਂ ਨੂੰ ਪ੍ਰੋਬਲਮ ਇਹ ਪਈ ਸੀ ਕਿ ਇਹ ਬਾਣੀ ਤਾਂ 1753 'ਚ ਲਿਖੀ ਗਈ ਆ ਜੀ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੰਗਲਿਸ਼ ਕੈਲੰਡਰ 'ਤੇ ਅਸੀਂ ਉਦੋਂ ਕਦੀ ਵਰਤਦੇ ਹੀ ਨਹੀਂ ਸੀ, ਉਦੋਂ ਦੇਸੀ ਸੰਮਤ ਵਰਤਿਆ ਜਾਂਦਾ ਸੀ। 1757 ਜਿਹੜਾ ਆ ਉਹ ਦੇਸੀ ਸੰਮਤ ਲਿਖਿਆ ਹੋਇਆ। ਕੀ ਇੱਦਾਂ ਦਾ ਕੁਝ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ? ਹਾਂਜੀ, 722 ਅੰਕ ਦੇ ਉੱਤੇ ਪਹਿਲੇ ਪਾਤਸ਼ਾਹ ਦੀ ਬਾਣੀ, ਆਵਨ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਜੇ ਤੁਸੀਂ ਰਿਸਰਚ ਕਰਕੇ ਉਹਦੇ ਅਰਥ ਪੜ੍ਹੋਗੇ ਤਾਂ ਉੱਥੇ ਸਾਫ਼ ਕਲੀਅਰ ਲਿਖਿਆ ਹੋਇਆ। ਸੋ ਜੇ ਤੁਸੀਂ ਉਹ ਸ਼ਬਦ ਦੀ ਇੰਗਲਿਸ਼ ਟਰਾਂਸਲੇਸ਼ਨ ਪੜ੍ਹੋਗੇ ਤਾਂ ਉੱਥੇ ਸਿੱਧਾ ਲਿਖਿਆ ਹੋਏਗਾ 1521 AD। AD ਉੱਥੇ ਇਸ ਕਰਕੇ ਪਾਇਆ ਆਫਟਰ ਡੈਥ, ਭਾਵ ਜਿਹੜਾ ਇੰਗਲਿਸ਼ ਈਅਰ ਆ। ਅਤੇ ਜੇ ਤੁਸੀਂ ਜਿਵੇਂ ਹੁਣ ਮੇਰੇ ਕੋਲ ਆਇਆ ਪਿਆ ਇਹਦੇ ਵਿੱਚ ਕਲੀਅਰ ਵੀ ਲਿਖਿਆ ਹੋਇਆ, ਮੈਂ ਫੋਟੋ ਖਿੱਚ ਕੇ ਵੀ ਤੁਹਾਨੂੰ ਭੇਜ ਦੂੰਗਾ, ਭਾਵ 1700 ਸੰਮਤ ਜਿਹੜਾ ਸੀ, ਸੋਰੀ ਸੰਮਤ ਸੀਗਾ 1578, ਅਤੇ ਜੇ ਇੰਗਲਿਸ਼ ਸੰਮਤ ਵੇਖਣਾ ਉਹਨੂੰ ਕਹਿੰਦੇ ਸੰਨ 1521 ਲਿਖਿਆ ਹੋਇਆ। ਫਿਰ ਮਹਾਰਾਜ ਕਹਿੰਦੇ ਜਾਣ 97, ਅਤੇ ਉੱਥੇ ਲਿਖਿਆ ਹੋਇਆ ਜੀ 1597 ਵਿੱਚ ਸੰਮਤ,
ਤੇ ਸਨ ਲਿਖਿਆ ਹੋਇਆ 1540 ਵਿੱਚ। ਹਾਂਜੀ 57 ਸਾਲ ਜਿਹੜਾ ਸਮਤ ਆ ਅੱਗੇ ਚੱਲਦਾ ਆ। ਸੋ ਹੁਣ ਜੇ ਅਸੀਂ 1753 ਦੇ ਵਿੱਚੋਂ 57 ਸਾਲ ਮਾਈਨਸ ਕਰਾਂਗੇ ਤੇ ਜੇ ਅਸੀਂ ਇੰਗਲਿਸ਼ ਈਅਰ ਕੱਢਣਾ ਭਾਵ ਤੇ 1696 ਆ ਜਾਂਦਾ ਤੇ ਬਿਲਕੁਲ ਠੀਕ ਆ। 1696 ਦੇ ਵਿੱਚ ਮਹਾਰਾਜ ਨੇ ਚੌਪਈ ਸਾਹਿਬ ਰਚੀ ਹੈ ਤੇ 1699 ਦੇ ਵਿੱਚ ਇੰਗਲਿਸ਼ ਈਅਰ ਦੇ ਵਿੱਚ ਅੰਮ੍ਰਿਤ ਛਕਾਇਆ। ਪਰ ਜੇ ਇਤਿਹਾਸ ਪੜ੍ਹਾਂਗੇ ਤੇ ਉੱਥੇ 1699 ਨਹੀਂ ਲਿਖਿਆ ਹੋਇਆ, ਉੱਥੇ ਲਿਖਿਆ ਹੋਏਗਾ 1756 ਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਛਕਾਇਆ। ਇਹ ਅਸੀਂ ਲੋਕਾਂ ਨੂੰ ਦੱਸਣ ਦੇ ਲਈ 1699 ਕਹਿ ਦਿੰਦੇ ਹਾਂ, ਕਿਉਂਕਿ ਅੱਜ ਕੱਲ੍ਹ ਦੇ ਲੋਕਾਂ ਨੂੰ ਦੇਸੀ ਸੰਮਤ ਬਾਰੇ ਪਤਾ ਨਹੀਂ। ਪਰ ਜੇ ਹਿਸਟਰੀ ਪੜ੍ਹਾਂਗੇ ਹੱਥ ਲਿਖਤ ਇਤਿਹਾਸ ਪੜ੍ਹਾਂਗੇ ਜਾਂ ਕੋਈ ਵੀ ਹਵਾਲਾ ਮਿਲੇਗਾ ਤੇ ਜਾਂ ਮਹਾਰਾਜ ਦਾ ਹੁਕਮਨਾਮਾ ਮਿਲੇਗਾ ਜਿਹੜਾ ਮਹਾਰਾਜ ਸਾਹਿਬ ਜੀ ਨੇ ਵਿਸਾਖੀ ਤੋਂ ਬਾਅਦ ਅੰਮ੍ਰਿਤ ਛਕਾਉਣ ਤੋਂ ਬਾਅਦ 'ਚੋਂ ਫਿਰ ਕਾਬਲ ਦੀ ਸੰਗਤ ਨੂੰ ਲਿਖਿਆ ਸੀ। ਮੇਰਾ ਖਿਆਲ ਜੇਠ ਦੇ ਮਹੀਨੇ 'ਚ, ਵਿਸਾਖ ਤੋਂ ਅਗਲਾ ਮਹੀਨਾ ਹੀ ਜੇਠ ਆ, ਉੱਤੇ ਵੀ ਤੁਹਾਨੂੰ 1756 ਲਿਖਿਆ ਹੀ ਮਿਲੇਗਾ। ਸੋ ਭਾਵ ਬਹੁਤ ਹਵਾਲੇ ਨੇ, ਗੱਲ ਸੀ ਸਿਰਫ ਸਮਝਣ ਦੀ। ਪਰ ਇਹ ਕਹਿ ਲਈਏ ਵੀ ਗਿਆਨੀ ਤਾਂ ਨਹੀਂ ਮੈਂ ਇਹਨਾਂ ਨੂੰ ਕਹਿ ਸਕਦਾ, ਮੂਰਖ ਅਗਿਆਤ ਲੋਕ ਇਹਨਾਂ ਨੂੰ ਕਹਿ ਸਕਦਾ ਜਿਨ੍ਹਾਂ ਨੇ ਕੰਮ ਕੀਤੇ ਆ, ਬਾਣੀ ਘਟਾਈ ਆ ਅਤੇ ਸ਼ੰਕੇ ਕੀਤੇ ਆ ਵੀ ਇਹ ਮਹਾਂਕਾਲ ਕਿਉਂ ਲਿਖਿਆ ਜਾਂ ਸੰਮਤ ਆ ਕਿਉਂ ਲਿਖਿਆ, ਰਿਸਰਚ ਹੈ ਨਹੀਂ ਇਹਨਾਂ ਦੀ, ਗਿਆਨ ਹੈ ਨਹੀਂ ਅਤੇ ਇਹਨਾਂ ਨੇ ਇਹ ਕੰਮ ਕੀਤੇ ਆ। ਸੋ ਇਹਨਾਂ ਸਾਰਿਆਂ ਤੋਂ ਵੀਰੋ ਸਾਵਧਾਨ ਹੋਣ ਦੀ ਲੋੜ ਆ ਅਤੇ ਇਹਨਾਂ ਤੋਂ ਬਚਣ ਦੀ ਲੋੜ ਆ, ਇਹਨਾਂ ਕੋਲੋਂ ਬਚੋ ਅਤੇ ਗੁਰੂ ਦੀ ਗੁਰਬਾਣੀ ਤੋਂ ਜਾਣੂ ਹੋਵੋ, ਕੋਈ ਆਪ ਵੀ ਰਿਸਰਚ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਅਤੇ ਆ ਮੈਂ ਤੁਹਾਨੂੰ ਇੱਕ ਹੁਕਮਨਾਮੇ ਦੇ ਦਰਸ਼ਨ ਕਰਵਾ ਰਿਹਾ, ਇਸ ਦੇ ਵਿੱਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਸੀਗਾ ਅਤੇ ਇਸ ਦੇ ਵਿੱਚ ਵੀ ਜਿਹੜਾ ਬਿਕਰਮੀ ਸੰਮਤ ਆ ਉਹ ਵਰਤਿਆ ਗਿਆ ਆ ਅਤੇ ਇਹ ਹੁਕਮਨਾਮਾ 1928 ਸੰਨ ਦੇ ਵਿੱਚ ਲਿਖਿਆ ਗਿਆ ਸੀ। ਜੇ ਤੁਸੀਂ ਇਹਦੇ ਥੱਲੇ ਵੇਖੋਗੇ ਨਾਨਕਸ਼ਾਹੀ ਸੰਮਤ ਵੀ ਇਹਦੇ ਵਿੱਚ ਵਰਤਿਆ ਹੋਇਆ ਅਤੇ ਬਿਕਰਮੀ ਵੀ ਵਰਤਿਆ ਹੋਇਆ। ਸੋ ਨਾਨਕਸ਼ਾਹੀ ਕੋਈ ਨਵਾਂ ਨਹੀਂ ਸੀ, ਪਰ ਇਹਨਾਂ ਨੇ ਨਵੇਂ ਤਰੀਕੇ ਨਾਲ ਸੰਗਤ ਦੇ ਵਿੱਚ ਲਿਆਂਦਾ, ਕਿਉਂਕਿ ਆਮ ਸੰਗਤ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਅਤੇ ਅਸਲ ਦੇ ਵਿੱਚ ਸਾਨੂੰ ਕ੍ਰਿਸਚਨ ਕੈਲੰਡਰ ਦੇ ਥੱਲੇ ਕੀਤਾ ਅਤੇ ਕ੍ਰਿਸਚਨ ਕੈਲੰਡਰ ਦੇ ਵਿੱਚ 1752 ਦੇ ਵਿੱਚ ਬਹੁਤ ਜ਼ਿਆਦੀਆਂ ਚੇਂਜਿਸ ਕੀਤੀਆਂ ਗਈਆਂ ਸੀ, ਜਿਹਦੇ ਕਰਕੇ ਸਾਰੇ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ, ਜਿਵੇਂ ਸਾਡੇ 'ਚ ਵਿਵਾਦ ਖੜ੍ਹੇ ਕਰਦੇ ਆ ਜੀ, ਗੁਰਪੁਰਬ ਕਈ ਵਾਰੀ ਦੋ ਵਾਰੀ ਆ ਜਾਂਦਾ ਜੀ, ਕਈ ਵਾਰੀ ਆਉਂਦਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ, ਅਤੇ ਵਿਸਾਖੀ ਅੱਗੇ ਨੂੰ ਤੁਰੀ ਜਾ ਰਹੀ ਹੈ। ਪ੍ਰੋਬਲਮਾਂ ਸਾਰੀਆਂ ਕ੍ਰਿਸਚਨ ਕੈਲੰਡਰ ਦੀਆਂ ਸੀ, ਕਿਉਂਕਿ ਮੈਂ ਇਹਨਾਂ ਦੀ ਉਸ ਵੇਲੇ ਮੀਟਿੰਗ ਦੇ ਵਿੱਚ ਵੀ ਗਿਆ ਸੀ 2003 ਤੋਂ ਪਹਿਲਾਂ, ਅਤੇ ਇਸੇ ਸੰਨ ਅਤੇ ਸੰਮਤ ਦੇ ਵਿਵਾਦ ਕਰਕੇ ਹੀ ਇਹਨਾਂ ਨੇ ਚੌਪਈ ਸਾਹਿਬ ਜਿਹੜੀ ਹੈ ਕੱਟ ਕੇ ਛੋਟੀ ਕਰ ਦਿੱਤੀ। ਅਤੇ ਇਸ ਕਰਕੇ ਮੈਨੂੰ ਇਸ ਦਾ ਖੁਲਾਸਾ ਕਰਨਾ ਪੈਣਾ, ਔਰ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਕਰਾਂਗਾ। ਵੈਸੇ ਮੈਂ ਬਹੁਤ ਡਿਟੇਲ ਦੇ ਨਾਲ ਕੈਲੰਡਰ ਬਾਰੇ ਵੀਡੀਓਜ਼ ਬਣਾਈਆਂ ਹੋਈਆਂ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ 14-15 ਮਿੰਟਾਂ ਦੇ ਵਿੱਚ ਹੀ ਤਕਰੀਬਨ ਸੰਗਤ ਨੂੰ ਵੱਧ ਤੋਂ ਵੱਧ ਇਸ ਬਾਰੇ ਜਾਣੂ ਕਰਵਾਵਾਂ ਅਸਲੀਅਤ ਬਾਰੇ। ਅਤੇ ਅਖੀਰ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਜੀ, ਚੌਪਈ ਸਾਹਿਬ ਵੀ ਅਤੇ ਰਹਿਰਾ ਸਾਹਿਬ ਵੀ ਪੂਰੀ ਕਰਿਆ ਕਰੋ, ਕਿਉਂਕਿ ਅਧੂਰੀ ਬਾਣੀ ਪੜ੍ਹਿਆ ਸਾਨੂੰ ਪੂਰਾ ਫਲ ਨਹੀਂ ਮਿਲਦਾ, ਨਾ ਹੀ ਪੂਰੀ ਸ਼ਕਤੀ ਮਿਲਦੀ ਹੈ। ਅਤੇ ਇਸ ਚੌਪਈ ਸਾਹਿਬ ਦੇ ਅਖੀਰ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ, ਸਗਲ ਦੁਆਰ ਕੋ ਛੱਡ ਕੇ ਗਿਹੋ ਤੁਹਾਰੋ ਦੁਆਰ ਬਾਹੇਂਗੇ ਕਿ ਲਾਜਸ ਗੋਬਿੰਦ ਦਾਸ ਤੁਹਾਰ। ਇਹੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਹਾਰਾਜ ਸਾਹਿਬ ਕਹਿੰਦੇ ਆ, ਸਗਲ ਤਿਆਗ ਹਰ ਸ਼ਰਣੀ ਆਇਆ, ਵੀ ਸਾਰਾ ਕੁਝ ਛੱਡ ਕੇ ਮਹਾਰਾਜ ਤੇਰੀ ਸ਼ਰਨ ਆਇਆ। ਅਤੇ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਆ, ਸ਼ਰਨ ਪਰੇ ਕਿ ਰਾਖ ਦੇ ਅੱਲਾ ਨਾਨਕ ਤੁਮਰੇ ਬਾਲ ਗੋਪਾਲਾ, ਵੀ ਸ਼ਰਨ ਪਿਆਂ ਦੀ ਲਾਜ ਰੱਖ ਲੈ, ਕਿਉਂਕਿ ਅਸੀਂ ਤੇਰੇ ਬਾਲਕ ਹਾਂ ਮਹਾਰਾਜ, ਤੂੰ ਸਾਡਾ ਮਾਂ ਪਿਓ ਹੈ। ਅਤੇ ਜਿਹੜੇ ਬਿਨਾਂ ਵਜ੍ਹਾ ਬਾਣੀ ਅਤੇ ਕਿੰਤੂ ਪਰੰਤੂ ਅਤੇ ਸ਼ੰਕੇ ਕਰਦੇ ਆ, ਇਹਨਾਂ ਕੋਲੋਂ ਬਚੋ ਅਗਿਆਤ ਪੁਰਸ਼ਾਂ ਕੋਲੋਂ। ਅਤੇ ਜਿਹੜੇ, ਕਿਉਂਕਿ ਇਹ ਅੰਮ੍ਰਿਤ ਦੀਆਂ ਬਾਣੀਆਂ ਨੇ ਅਤੇ ਜੋ ਤਕਰੀਬਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਆ, ਤਕਰੀਬਨ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਇਹ ਬਾਣੀਆਂ ਨੇ। ਅਤੇ ਇਹ ਵੀ ਦੱਸ ਦੇਵਾਂ ਵੀ ਚਰਿੱਤਰਾਂ ਦੇ ਵਿੱਚੋਂ ਜਿਹੜਾ ਅਖੀਰਲਾ ਚਰਿੱਤਰ ਆ ਉਹਦੇ ਵਿੱਚੋਂ ਇਹ ਚੌਪਈ ਸਾਹਿਬ ਬਾਣੀ ਆ। ਜਿਹੜੇ ਕਹਿੰਦੇ ਆ ਜੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨਾਲ ਅੰਮ੍ਰਿਤ ਨਹੀਂ ਤਿਆਰ ਹੋ ਸਕਦਾ, ਗੁਰੂ ਅਰਜਨ ਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਸ ਵੇਲੇ ਤਿਆਰ ਕਰ ਲਿਆ ਸੀ, ਅਤੇ ਜਿੱਥੇ ਸ਼ਸਤਰਾਂ ਦੀ ਗੱਲ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਸ਼ਸਤਰ ਚੱਕ ਲਏ ਸੀ। ਅਤੇ ਇਹ ਕੁਝ ਕਰਨਾ ਹੁੰਦਾ ਤਾਂ ਉਸ ਵੇਲੇ ਵੀ ਹੋ ਸਕਦਾ ਸੀ, ਪਰ ਗੁਰੂਆਂ ਨੇ ਸਾਡਿਆਂ ਨੇ 10 ਰੂਪ ਧਾਰਨੇ ਸੀ ਅਤੇ 10ਵੇਂ ਪਾਤਸ਼ਾਹ ਨੇ ਹੀ ਇਹ ਸਾਰਾ ਕੁਝ ਕਰਨਾ ਸੀ, ਅਤੇ 10ਵੇਂ ਪਾਤਸ਼ਾਹ ਨੇ ਹੀ ਅੰਮ੍ਰਿਤ ਦੀਆਂ ਬਾਣੀਆਂ ਤਿਆਰ ਕਰਨੀਆਂ ਸੀ। ਅਤੇ ਉਹਨਾਂ ਨੇ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਉਹਨਾਂ ਨੇ ਹੀ ਸਾਨੂੰ ਖਾਲਸਾ ਬਣਾਇਆ, ਅਤੇ ਉਹਨਾਂ ਨੇ ਹੀ ਇਹ ਬਾਣੀਆਂ ਸਾਨੂੰ ਦਿੱਤੀਆਂ। ਅਤੇ ਬੋਲਦਿਆਂ ਤੋਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।